ਦਰਸ਼ਕਾਂ ਦਾ ਇਸ ਖਾਸ ਪੇਸ਼ਕਸ਼ ਲਈ ਬਹੁਤ-ਬਹੁਤ ਸਵਾਗਤ ਹੈ ਦੋਸਤੋ ਬਹੁਤ سارے ਦਰਸ਼ਕਾਂ ਦਾ ਸਾਨੂੰ ਅਕਸਰ ਸਵਾਲ ਆਂਦਾ ਹੈ ਕਿ ਅਸੀਂ ਵਿਦੇਸ਼ ਵਿੱਚ ਜਾਣਾ ਚਾਹੁੰਦੇ ਹਾਂ ਉੱਥੇ ਜਾ ਕੇ ਅਸੀਂ ਟਰਾਲਾ ਚਲਾਉਣਾ ਚਾਹੁੰਦੇ ਜਾਂ ਟਰੱਕ ਚਲਾਉਣਾ ਚਾਹੁੰਦੇ ਉਹਦੇ ਵਾਸਤੇ ਟ੍ਰੇਨਿੰਗ ਦੀ ਲੋੜ ਜਿਹੜੀ ਆ ਉਹ ਸਾਨੂੰ ਹੁੰਦੀ ਐ ਸੋ ਉਹਦੇ ਵਾਸਤੇ ਕਿਸ ਤਰੀਕੇ ਦੇ ਨਾਲ ਅਸੀਂ ਇਹ ਸਾਰੀਆਂ ਟ੍ਰੇਨਿੰਗਸ ਹਾਸਲ ਕਰ ਸਕਦੇ ਕੀ ਕੋਈ ਐਹੋ ਜਿਹਾ ਸੈਂਟਰ ਹੈ ਸੋ ਅੱਜ ਅਸੀਂ ਸਾਰੇ ਦਰਸ਼ਕਾਂ ਦੀ ਪਰਮਾਇਸ਼ ਉਤੇ ਇੱਕ ਬਹੁਤ ਹੀ ਸਪੈਸ਼ਲ ਪ੍ਰੋਗਰਾਮ ਲੈ ਕੇ ਆਏ ਆ ਇੱਕ ਐਸੀ ਸ਼ਖਸੀਅਤ ਦੇ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਜਿਹੜੇ ਇਹ ਸਾਰੇ ਸਵਾਲਾਂ ਦੇ ਜਵਾਬ ਦੇਣਗੇ ਕਿਸ ਤਰੀਕੇ ਨਾਲ ਵਿਦੇਸ਼ ਪੇ ਜਾ ਕੇ ਟਰਾਲਾ ਰੱਕ ਜਾਂ ਹੋਰ ਜਿਹੜੀਆਂ ਟ੍ਰੇਨਿੰਗਸ ਆ ਉਹਦਾ ਫਾਇਦਾ ਜਿਹੜਾ ਉਠਾ ਸਕਦੇ ਮੇਰੀ ਮੁਰਾਦ ਹੈ ਸਰਦਾਰ ਕੁਲਦੀਪ ਸਿੰਘ ਢਿੱਲੋਂ ਜੀ ਜੋ ਕਿ ਹੈਵੀ ਮੋਟਰ ਡਰਾਈਵਿੰਗ ਟ੍ਰੇਨਿੰਗ ਸੈਂਟਰ ਜਲੰਧਰ ਦੇ ਮੈਨੇਜਿੰਗ ਡਾਇਰੈਕਟਰ ਨੇ ਸਰ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਕਿ ਬਹੁਤ ਬਾਰੇ ਅਕਸਰ ਜਿਹੜੇ ਸਾਡੇ ਦਰਸ਼ਕ ਚਾਹੁੰਦੇ ਆ ਕਿ ਅਸੀਂ ਵਿਦੇਸ਼ ਵਿੱਚ ਜਾਣਾ ਔਰ ਇੱਕ ਟਰਾਲਾ ਚਲਾਉਣਾ ਉੱਥੇ ਬਹੁਤ ਇਹ ਆਸਾਨ ਜਿਹੜੀ ਜੌਬ ਔਰ ਜਿਹਦੇ ਵਿੱਚ ਸਾਨੂੰ ਅੱਛੀ ਆਮਦਨ ਵੀ ਹੋ ਜਾਂਦੀ ਸੋ ਇਹਨਾਂ ਦੀ ਏਡੀ ਕੁਐਸਚਨਿੰਗ ਹੈਗੀ ਇਸ ਨੂੰ ਕਿੱਦਾਂ ਤੁਸੀਂ ਐਡਰੈਸ ਕਰਦੇ ਆ ਦੇਖੋ ਸਾਡੇ ਕੋਲ ਕਾਫੀ ਸਟੂਡੈਂਟ ਆ ਰਹੇ ਨੇ ਜਿਹਦੇ ਵਿੱਚ ਟਰਾਲਾ ਸਿੱਕੇ ਦੀ ਡਿਮਾਂਡ ਜਾਂ ਜੀਸੀਬੀ ਦੀ ਤੇ ਫੋਰਕ ਲਿਫਟ ਦੀ ਡਿਮਾਂਡ ਹੈ ਵੇਲੇ ਕੈਨੇਡਾ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਹੈਗੀ ਹੈ ਤੇ ਸਾਡੇ ਇਸ ਜੰਦਰ ਦੇ ਵਿੱਚ ਚਾਰ ਟਰੈਕ ਬਣਾਏ ਆ ਪਹਿਲਾ ਟਰੈਕ ਸਾਡਾ ਪੋਜੋਵਾਲਚ ਆ ਰਾਮਾ ਮੰਡੀ ਦੇ ਕੋਲ ਆ ਦੂਜਾ ਸੀ ਚੰਡੀਗੜ੍ਹ ਦੇ ਰੋਡ ਤੇ ਚਾਲੂ ਕੀਤਾ ਫਵਾੜਾ ਪੂ ਚੰਡੀਗੜ੍ਹ ਰੋਡ ਦੇ ਉੱਪਰ ਆ ਜੀ ਤੀਸਰਾ ਛੜਾ ਹੈਗਾ ਸ਼੍ਰੀਸ਼ੰਕਰਨ ਕੁਦਰ ਲੱਗੇ ਆ ਚੌਥਾ ਸਾਡਾ ਲੰਮੀਪਿੰਚਾਉਂ ਦੇ ਵਿੱਚ ਆ ਜੀ ਚੌਥਾ ਟਰੈਕ ਆ ਦੇ ਉੱਪਰ ਸਾਡੇ ਕੋਲ ਜਿਹੜੇ ਘੋੜੇ ਟਰਾਲੇ ਆ 18 ਟੈਰੀ ਟਰ ਔਰ 1 ਮਿੰਟ ਟ੍ਰੇਨਿੰਗ ਹੁੰਦੀ ਹੈ 1 ਮਿੰਟ ਟ੍ਰੇਨਿੰਗ ਕਰਵਾ ਕੇ ਸੇ ਬੱਚੇ ਨੂੰ ਉਸ ਤੋਂ ਬਾਅਦ ਸਰਟੀਫਿਕੇਟ ਦਵਾਵਾਂਗੇ ਜਿਹਦੇ ਉੱਪਰ ਉਹਦਾ ਲਾਇਸੈਂਸ ਵੀ ਬਣੇਗਾ ਤੇ ਬਾਹਰ ਵਾਸਤੇ ਵੀ ਉਹਦੀ ਮਾਨਤਾ ਪੂਰੀ ਹੋਏਗੀ ਬਹੁਤ ਅਹਿਮ ਜਿਹੜੀ ਤੁਸੀਂ ਕਿ ਇਹ ਚਾਰ ਟਰੈਕ ਜਿਹੜੇ ਆ ਇਸ ਤਰ੍ਹਾਂ ਪੰਜਾਬ ਦੇ ਸਟੂਡੈਂਟਸ ਵਾਸਤੇ ਖਾਸ ਕਰਕੇ ਬਹੁਤ ਲਾਹੇਵੰਦ ਹੈ ਬਹੁਤ ਬੜੇ ਐਸ ਤਰ੍ਹਾਂ ਹੁੰਦਾ ਹੈ ਕਿ ਵਿਦੇਸ਼ ਵਿੱਚ ਚਲੇ ਜਾਂਦੇ ਆ ਬੱਚਿਆਂ ਨੂੰ ਡਰਾਈਵਿੰਗ ਆਂਦੀ ਹੁੰਦੀ ਹੈ ਲੇਕਿਨ ਉਹ ਡਰਾਈਵਿੰਗ ਦਾ ਕੋਈ ਸਰਟੀਫਿਕੇਸ਼ਨ ਹੋਣਾ ਕੋਡ ਨਹੀਂ ਹੁੰਦੀ ਔਰ ਵੈਲਿਡ ਡਾਕੂਮੈਂਟ ਨਾ ਹੋਣ ਕਰਕੇ ਕਈ ਵਾਰੀ ਉਹ ਜੋਬ ਤੋਂ ਬਾਂਝੇ ਰਹਿ ਜਾਂਦੇ ਆ ਜਿਹੜੀ ਤੁਹਾਡੀ ਸਰਟੀਫਿਕੇਸ਼ਨ ਹੈ ਇਹ ਕਿਸ ਤਰੀਕੇ ਨਾਲ کارਗਰ ਹੋਣ ਜਾ ਰਹੀ ਹੈ ਅਸੀਂ ਪੰਜਾਬ ਗਵਰਨਮੈਂਟ ਤੋਂ ਲਾਇਸੈਂਸ ਲਿਆ ਜੀ ਰੈਕਗਨਿਸ਼ਨ ਕਰਵਾਈ ਹੈਗੀ ਹੈ ਆਰਟੀਓ ਸਾਹਿਬ ਕਰਦੇ ਨੇ ਜਾਂ ਸਟੇਟ ਟਰਾਂਸਪੋਰਟ ਕਮਿਸ਼ਨਰ ਕਰਦੇ ਨੇਗੇ ਉਹਦੇ ਸਰਟੀਫਿਕੇਟ ਦੇਣ ਤੋਂ ਬਾਅਦ ਇਹ ਲਾਇਸੈਂਸ ਦੇ ਉੱਪਰ ਐਨਡੋਜਮੈਂਟ ਹੋ ਜਾਂਦੀ ਹੈ ਕਿ ਇਸ ਕਿਸ ਕੈਟਾਗਰੀ ਦੇ ਵਿੱਚ ਚੱਲ ਰਹੇ ਆ ਜਾਂ ਕਿਸ ਕੈਟਾਗਰੀ ਦੇ ਵਿੱਚ ਇਹ ਐਨਡੋਜਮੈਂਟ ਕਰੋਣੀ ਹੈਗੀ ਜਾਂ ਮਸ਼ੀਨ ਦੀ ਕਰੋਣੀ ਹੈ ਜਾਂ ਅਸੀਂ ਟਰਾਲੀ ਦੀ ਕਰੋਣੀ ਹੈਗੀ ਆ ਉਹ ਅਸੀਂ ਸਰਟੀਫਿਕੇਟ ਈਸ਼ੂ ਕਰਾਂਗੇ ਉਹਦਾ ਟੈਸਟ ਲਾਵਾਂਗੇ ਟੈਸਟ ਲੈਣ ਤੋਂ ਬਾਅਦ ਫਿਰ ਅਸੀਂ ਸਰਟੀਫਿਕੇਟ ਦਿੰਨੇ ਹੈਗੇ ਉਹਦੇ ਉੱਪਰ ਉਹ ਐਮ ਪ੍ਰਵਾਨ ਹੈਗਾ ਇੱਕ ਗਵਰਨਮੈਂਟ ਦੀ ਸਾਈਡ ਆ ਜੀ ਉਹ ਤੇ ਅਪਲੋਡ ਹੋ ਗਏ ਤੇ ਉਹਨੂੰ ਲਾਇਸੈਂਸ ਮਿਲ ਜਾਂਦਾ ਬਾਅਦ ਦੇ ਵਿੱਚ ਜੀ ਅਕਸਰ ਸਾਡੀਆਂ ਗ੍ਰੈਂਡੀਆਂ ਵੀ ਕਈ ਵਾਰੀ ਅਸੀਂ ਦੇਖਦੇ ਨਵੇਂ-ਨਵੇਂ ਡਰਾਈਵਿੰਗ ਕਾਰ ਦੇ ਵਿੱਚ ਐਕਟਿਵ ਆ ਜਾਂਦਾ ਤੇ ਉਸ ਨੂੰ ਚਲਾਉਣ ਵਿੱਚ ਕੇ ਵੀ ਦਿੱਕਤ ਆਂਦੀ ਕੀ ਇਹ ਛੋਟੇ-ਛੋਟੇ ਵਾਹिकल्स ਦੀ ਵੀ ਟ੍ਰੇਨਿੰਗ ਤੁਸੀਂ ਦਿੰਨੇ ਕਾਰਾਂ ਸਿੱਖਣੀਆਂ ਹੋਣ ਤੇ ਉਹਦੇ ਬਸੇ ਕਿਸ ਤਰੀਕੇ ਦੇ ਨਾਲ ਇਹ ਟ੍ਰੇਨਿੰਗ ਪੀਰੀਅਡ ਚੱਲਦਾ ਇਹ ਤਾਂ ਬੜਾ ਸਵਾਲ ਬਹੁਤ ਵਧੀਆ ਲੱਗਾ ਜੀ ਮੈਨੂੰ ਐਸੀ ਐਕਟਵਾ ਤੋਂ ਲੈ ਕੇ ਬੁਲੱਟ ਮੋਟਰਸਾਈਕਲ ਆਟੋਮੈਟਿਕ ਕਾਰ ਹੈ ਜੀ MG ਨਵੀਂ ਗੱਡੀ ਲਈ ਹੈ ਤੇ ਮੈਨੂਅਲ ਕਾਰ ਫਿਰ JCB ਹੈ ਐਕਸਕਵੇਟਰ ਆ ਪੋਕਲੇਨ ਆ ਫੋਰਕਲਿਫਟ ਆ ਤੇ ਹੈਡਰਾ ਤੇ ਮੋਬਾਈਲ ਕ੍ਰੇਨਾਂ ਦੀ ਟ੍ਰੇਨਿੰਗ ਦਿੰਦੇ ਆ ਇਸ ਤੋਂ ਲੋਵਾ ਸਾਡੇ ਕੋਲ ਬੱਸ ਵੀ ਹੈ ਤੇ ਘੋੜੇ ਟਰਾਲੇ ਆਗੇ ਆ ਜੀ ਮਰਗ ਸਾਡੀ ਜੋ ਵੀ ਡਿਮਾਂਡ ਸਾਡੇ ਕੋਲ ਆ ਰਹੀ ਐ ਅਸੀਂ ਪੂਰੀ ਕਰਦੇ ਆ ਸਟੂਡੈਂਟ ਦੇ ਮਤਾਬਕ ਹਰ ਕੈਟਾਗਰੀ ਲਈ ਹਾਂਜੀ ਹਾਂਜੀ ਤੁਸੀਂ ਹਾਂਜੀ ਹਾਂਜੀ ਸਾਡੇ ਸਰ ਜਿਹੜਾ ਇੱਕ ਸਕੂਟਰ ਦੀ ਡਰਾਈਵਿੰਗ ਔਰ ਇੱਕ ਕਾਰ ਦੀ ਡਰਾਈਵਿੰਗ ਬਹੁਤ ਡਿਫਰੈਂਟ ਹੈ ਕੀ ਦੋਨਾਂ ਦਾ ਟ੍ਰੇਨਿੰਗ ਪੀਰੀਅਡ ਸੇਮ ਹੁੰਦਾ ਜਾਂ ਇਹਦਾ ਅਲੱਗ-ਅਲੱਗ ਕੈਟਾਗਰੀਆਂ ਦੀ ਨਹੀਂ ਅਲੱਗ-ਅਲੱਗ ਕੈਟਾਗਰੀ ਹੁੰਦੀ ਹੈ ਜੀ ਹਾਂਜੀ ਹਾਂਜੀ ਮਤਲਬ ਕਿ ਸਕੂਟਰ ਦੀ ਤਕਰੀਬਨ ਜਾਂ ਹਫਤਾ ਜਾਂ 2 ਬਤੇ ਟ੍ਰੇਨਿੰਗ ਹੋ ਜਾਂਦੀ ਹੈ ਕਾਰ ਦੀ ਤਾਂ ਦੋ ਹਫਤੇ ਤੋਂ ਜਾਂ ਇੱਕ ਮਹੀਨਾ ਟ੍ਰੇਨਿੰਗ ਚੱਲਦੀ ਹੈ ਜੀ ਹਾਂਜੀ ਹੁਣ ਤੁਸੀਂ ਇਹ ਦੱਸਿਆ ਕਿ ਇਹਦੇ ਵਿੱਚ ਸਰਕਾਰ ਤੁਹਾਡੇ ਨਾਲ ਕਿਤੇ ਨਾ ਕਿਤੇ ਇਨਵੋਲਵ ਸਰਟੀਫਿਕੇਸ਼ਨ ਜਿਹੜੀ ਗਵਰਨਮੈਂਟ ਦੇ ਨਾਲ ਮਿਲ ਕੇ ਹੁੰਦੀ ਹੈ ਕੀ ਗਵਰਨਮੈਂਟ ਦੇ ਕੋਈ ਆਫੀਸਰ ਆ ਕੇ ਵੀ ਬੱਚਿਆਂ ਨੂੰ ਅਡਰੈਸ ਕਰਦੇ ਆ ਕੋਈ ਜਾਣਕਾਰੀ ਦਿੰਦੇ ਆ ਰੂਲਸ ਐਂਡ ਰੈਗੂਲੇਸ਼ਨਸ ਪਰ ਬਿਲਕੁਲ ਸਾਜੀ ਸਾਡੇ ਕੋ ਮਿਲ ਕੇ ਮੋਟਰ ਵੇਕ ਇਨਸਪੈਕਟਰ ਜਾਂ ਆਰਟੀ ਸਾਹਿਬ ਸਾਡੇ ਕੋ ਚੈੱਕ ਕਰਦੇ ਨੇ ਤੇ ਕਿੰਮ ਦੋਈ ਤਿੰਨ ਮਹੀਨੇ ਬਾਅਦ ਆਉਂਦੇ ਨੇ ਸਾਡੇ ਟਰੈਕਾਂ ਤੇ ਵੀ ਜਾਂਦੇ ਨੇ ਦੇਖਦੇ ਨੇ ਬੜੇ ਹੈਪੀ ਹੁੰਦੇ ਵੀ ਵਧੀਆ ਟ੍ਰੇਨਿੰਗ ਚੱਲ ਰਹੀ ਹੈ ਨਾ ਸਕੂਲਾਂ ਦੇ ਵਿੱਚ ਔਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਇਸ ਚੀਜ਼ ਦੇ ਜਿਹੜੇ ਦੂਰ ਦਰਾਡੇ ਤੋਂ ਪੰਜਾਬ ਦੇ ਕਈ ਵੇਰੇ ਐਕਸਟ੍ਰੀਮ ਕਾਰਨਰ ਤੋਂ ਕੋਈ ਵਿਦਿਆਰਥੀ ਤੁਹਾਡੇ ਕੋਲ ਆ ਕੇ ਟ੍ਰੇਨਿੰਗ ਲੈਣਾ ਚਾਹੁੰਦਾ ਬਟ ਉਹ ਡੇਲੀ ਅਪਡਾਉਨ ਨਹੀਂ ਕਰ ਸਕਦਾ ਕਿ ਤੁਹਾਡੇ ਕੋਲ ਰਹਿਣ ਦੀ ਕੀ ਕੀ ਸੁਵਿਧਾਵਾਂ ਕੀ ਕੀ ਆਪਣੇ ਵਿਦਿਆਰਥੀਆਂ ਨੂੰ ਸਾਡੇ ਕੋਲ ਸਰ ਜੀ ਇਹਦੇ ਵਾਸਤੇ ਹੋਸਟਲ ਹੈਗਾ ਇੱਥੇ ਹੋਸਟਲ ਰੱਖਿਆ ਤੇ ਉਹ ਹੋਸਟਲ ਦੇ ਵਿੱਚ ਅਸੀਂ ਕੋਈ ਉਹਦਾ ਚਾਰਜ ਨਹੀਂ ਲੈਨੇ ਹੈਗੇ ਇੱਕ ਮਹੀਨਾ ਜੇ ਬੱਚਾ ਜਾਂ ਦੋ ਮਹੀਨੇ ਰਵੇ ਅਸੀਂ ਉਹਦਾ ਕੋਈ ਚਾਰਜ ਨਹੀਂ ਲੈਣਾ ਸਿਰਫ ਉਹਦੇ ਕੋ 90 ਰੁਪਏ ਤਿੰਨ ਟਾਈਮ ਦੀ ਰੋਟੀ ਦੇ ਸੀ ਚਾਰਜ ਕਰਦੇ ਜਿਹੜਾ 300 ਰੁਪਏ ਮਹੀਨਾ ਬੰਦਾ ਹੈ ਜੀ ਬਹੁਤ ਹੀ ਆਸਾਨ ਜਿਹੜਾ ਹੈ ਬੱਚਿਆਂ ਲਈ ਹਾਂਜੀ 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 ਜੀ ਸੋ ਇਹ ਸਾਰੀ ਜਿਹੜੀ ਇੱਕ ਕਿਸਮ ਦੇ ਨਾਲ ਬੱਚਿਆਂ ਨੂੰ ਇੱਕ ਪਲੇਟਫਾਰਮ ਤੇ ਚੀਜ਼ਾਂ ਮਿਲ ਜਾਂਦੀਆਂ ਲੇਕਿਨ ਇਹਦੇ ਨਾਲ ਕੋਈ ਵਿਦਿਆਰਥੀ ਚਾਹੁੰਦਾ ਕਿ ਮੈਂ ਕੋਈ ਸਕਿੱਲ ਵੀ ਸਿੱਖਣੀ ਹੈ ਮੰਨ ਲਓ ਬਿਲਡਿੰਗ ਦਾ ਕੋਰਸ ਕਰਨਾ ਜਾਂ ਕੋਈ ਹੋਰ ਇਹੋ ਜਿਹਾ ਕੀ ਕੋਈ ਹੋਰ ਕੋਰਸੇਸ ਵੀ ਇਹਦੇ ਨਾਲ ਤੁਸੀਂ ਟ੍ਰੇਨਿੰਗ ਹਾਂਜੀ ਸਰ ਸਾਡੇ ਕੋਲ ਇਹਦੀ ਸਰਟੀਫਿਕੇਸ਼ਨ ਹੈਗੀ ਜਿੱਦਾਂ 3-3 ਮਹੀਨੇ ਦੇ ਜਾਂ 6 ਮਹੀਨੇ ਦੇ ਫਾਇਰ ਸੇਫਟੀ ਦੇ ਡਿਪਲੋਮੇ ਕੋਰਸ ਵੀ ਹੈਗੇ ਹੈ ਵੈਲਡਰ ਆ ਪਲੰਬਰ ਆ ਇਲੈਕਟ੍ਰੀਸ਼ੀਅਨ ਆ ਜੀ ਉਹ ਵੀ ਅਸੀਂ ਕੋਰਸ ਨਾ ਕਰਵਾਈਦੇ ਹਾਂ ਇਹ ਕੋਰਸ ਕਰਕੇ ਕਿ ਆਪਣੇ ਪੰਜਾਬ ਦੇ ਵਿੱਚ ਵੀ ਵਿਦਿਆਰਥੀ ਆਪਣੇ ਲੈਵਲ ਦੇ ਉਤੇ ਕੰਮ ਵੀ ਖੋਲ ਸਕਦੇ ਜਾਂ ਸਰਕਾਰੀ ਨੌਕਰੀ ਵਿੱਚ ਵੀ ਜਾ ਸਕਦੇ ਕਿ ਇਹੋ ਜਿਹੀਆਂ ਫੈਸਿਲਿਟੀਆਂ ਵੀ ਆ ਗਈਆਂ ਇਹ ਆਪਣਾ ਕੰਮ ਹੀ ਖੋਲ ਸਕਦੇ ਦੀ ਸਰਕਾਰੀ ਜੋਬ ਵੀ ਅਸੀਂ ਪ੍ਰਾਪਤ ਲੈ ਸਕਦੇ ਹਾਂ ਕਿ ਵਿਦੇਸ਼ ਵਿੱਚ ਵੀ ਇਹਦੀ ਪੂਰੀ ਮੰਨਤ ਹੈਗੀ ਆ ਉੱਥੇ ਜਾ ਕੇ ਵੀ ਅਸੀਂ ਇਹਨੂੰ ਲੈ ਸਕਦੇ ਕਿ ਕੰਮ ਦੇ ਵਿੱਚ ਜੀ ਸੋ ਫਾਇਰ ਸੇਫਟੀ ਅਸੀਂ ਅਕਸਰ ਦੇਖਦੇ ਹਾਂ ਕਿ ਬਹੁਤ ਸਾਰੀਆਂ ਇੰਡਸਟਰੀਜ਼ ਜਿਹੜੀਆਂ ਉਹਨਾਂ ਨੂੰ ਵੀ ਲੋੜ ਹੁੰਦੀ ਹੈ ਕਿ ਸਾਨੂੰ ਇਹੋ ਜਿਹੇ ਬੰਦੇ ਜਿਹੜੇ ਉਹ ਚਾਹੀਦੇ ਹੋ ਸੋ ਉਹਦੇ ਵਾਸਤੇ ਤੁਸੀਂ ਪਲੇਸਮੈਂਟ ਜਿਹੜੀ ਹੈ ਕੀ ਵਿਦਿਆਰਥੀਆਂ ਦੀ ਉਹਦੇ ਵਿੱਚ ਵੀ ਸਹਾਇਤਾ ਕਰਦੇ ਹੋ ਕੁਝ ਬਿਲਕੁਲ ਠੀਕ ਹੈ ਜੀ ਸਾਡੇ ਕੋਲ ਮਤਲਬ ਕਿ ਜਿੱਦਾਂ ਬੱਚੇ ਕੋਈ ਮਸ਼ੀਨ ਸਿੱਖਦਾ ਜਾਂ ਕੋਈ ਫਾਇਰ ਸੇਫਟੀ ਦਾ ਕੋਰਸ ਕਰਦਾ ਸਾਡੇ ਕੋਲ ਡਿਮਾਂਡ ਕਾਫੀ ਹੁੰਦੀ ਹੈਗੇ ਅਸੀਂ ਇਥੇ ਪਲੇਸਮੈਂਟ ਤਕਰੀਬਨ ਇੱਥੇ ਹੀ ਪੂਰੀ ਕਰਦੇ ਆ ਜਿੱਥੇ ਜਿਹੜਾ ਵੀ ਕੋਰਸ ਕੀਤਾ ਜਾਂ ਫਾਇਰ ਸੇਫਟੀ ਦਾ ਕੋਰਸ ਕੀਤਾ ਸਾਡੇ ਕੋਲ ਦੀ ਕਾਫੀ ਡਿਮਾਂਡ ਹੁੰਦੀ ਹੈ ਅਸੀਂ ਨਾਲ ਨਾਲ ਸਟੂਡੈਂਟਾਂ ਨੂੰ ਆਪਣੇ ਸਾਰੇ ਭੇਜ ਦਿੰਦੇ ਆਗੇ ਜਾਂ ਕੋਈ ਮਸ਼ੀਨ ਸਿੱਖੀ ਹੈਗੇ ਜਾਂ ਕਿ ਕਿਸੇ ਕੈਟੇਗਰੀ ਚ ਹੈਗਾ ਉਹ ਤੋਂ ਦਾ ਰਿਕਲੇਸਮੇ ਮਿਲ ਜਾਂਦੀ ਇਹਨਾਂ ਨੂੰ ਜੀ ਸੋ ਇੱਕ ਅਕਸਰ ਇਹ ਵੀ ਸਮੱਸਿਆ ਸਾਡੇ ਦਰਸ਼ਕ ਬਹੁਤ ਵਾਰੀ ਸਾਡੇ ਨਾਲ ਸਾਂਝੀ ਕਰਦੇ ਆ ਕਿ ਵਿਦੇਸ਼ ਜਾਣਾ ਪੜ੍ਹਾਈ ਕਰਕੇ ਹੁਣ ਉਹਨਾਂ ਦਾ ਗੈਪ ਪੈ ਚੁੱਕਾ ਉਹ ਜਿਹੜਾ ਗੈਪ ਆ ਉਹ ਪੂਰਾ ਕਰਨ ਵਾਸਤੇ ਕਈ ਵਾਰੀ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਕੀ ਇਹਦੇ ਵਿੱਚ ਵੀ ਇਹ ਕੋਰਸ ਜਿਹੜੇ ਸਹਾਇ ਹੋ ਸਕਦੇ ਬਿਲਕੁਲ ਠੀਕ ਹੈ ਬਿਲਕੁਲ ਸਹਾਇਕ ਹੁੰਦੇ ਜੀ ਸਾਡੇ ਜਿਹੜਾ ਕੋਰਸ ਹੈਗੇ ਸਰਟੀਫਿਕੇਟ ਕੋਰਸ ਹੈਗਾ ਜਾਂ ਡਿਪਲੋਮਾ ਕੋਰਸ ਹੈਗਾ ਬਿਲਕੁਲ ਉਹਦੇ ਵਾਸਤੇ ਮੰਤ ਮਿਲਦੀ ਪੂਰੀ ਜੀ ਸੂ ਸਰਕਾਰ ਤੁਹਾਡੇ ਨਾਲ ਇਨਵੋਲਵ ਰਹਿੰਦੀ ਹੈ ਇਹ ਜਿਹੜਾ ਸਰਟੀਫਿਕੇਟ ਹੈ ਇਹ ਭਾਰਤ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕਿੱਧਰੋਂ ਪੰਜਾਬ ਗਵਰਨਮੈਂਟ ਵੱਲੋਂ ਜੀ ਪੰਜਾਬ ਗਵਰਨਮੈਂਟ ਵੱਲੋਂ ਔਰ ਇਹਨਾਂ ਸਰਟੀਫਿਕੇਟ ਦੇ ਬਿਹਾਵ ਤੇ ਉੱਤੇ ਅਸੀਂ ਵਿਦੇਸ਼ ਵਿੱਚ ਜਾ ਕੇ ਫਿਰ ਸਾਨੂੰ ਦੁਬਾਰਾ ਦੁਬਾਰਾ ਉੱਥੇ ਟੈਸਟ ਦੇਣਾ ਪਏਗਾ ਤੁਹਾਨੂੰ ਲਾਇਸੈਂਸ ਮਿਲ ਜੇਗਾ ਔਰ ਇੱਥੇ ਵੀ ਲਾਇਸੈਂਸ ਨੂੰ ਅਪਗ੍ਰੇਡ ਕਰਨਾ ਹੈਗਾ ਅਸੀਂ ਉੱਪਰ ਕੈਟਾਗਰੀ 'ਚ ਲੈ ਕੇ ਜਾਣਾ ਹੈਗਾ ਉਹ ਸਾਈਡ ਤੇ ਜਾ ਕੇ ਐਮ ਪ੍ਰਵਾਨ ਤੇ ਜਾ ਕੇ ਅਸੀਂ ਉਹਦਾ ਅਨੁਕੂਲਮਰ ਕਰਦਨੇ ਹੈਗੇ ਤੁਹਾਨੂੰ ਲਾਇਸੈਂਸ ਜਿਹੜਾ ਹੈਗਾ ਉਸੇ ਕੈਟਾਗਰੀ ਵਿੱਚ ਮਿਲ ਜੇਗਾ ਸੋ ਜਿਹੜੇ ਸਾਡੇ ਦਰਸ਼ਕ ਹੈ ਘਰ ਬੈਠੇ ਕਈ ਵੀ ਉਹ ਸਾਡਾ ਦੇਖ ਰਹੇ ਹੈ ਪ੍ਰੋਗਰਾਮ ਲੇਕਿਨ ਉਹਨਾਂ ਨੇ ਸੰਪਰਕ ਕਰਨਾ ਤੁਹਾਡੇ ਨਾਲ ਤਾਂ ਕੀ ਰਾਫਤਾ ਜਿਹੜਾ ਇੱਕ ਤਾਂ ਨੰਬਰ ਜਿਹੜਾ ਸਾਡੇ ਦਰਸ਼ਕਾਂ ਵਾਸਤੇ ਤੁਸੀਂ ਬੋਲ ਦਿਓ ਹੋਰ ਕਿਹੜੇ-ਕਿਹੜੇ ਪਲੈਟਫਾਰਮ ਤੋਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਸਾਡੇ ਜਿਦਾ ਜੇ ਫੇਸਬੁੱਕ ਤੇ ਇੰਸਟਾਗ੍ਰam ਤੇ ਅਸੀਂ ਹੈਗੇ ਆ ਸਾਡਾ ਚੈਨਲ ਹੈਗਾ ਬਾਕੀ ਸਾਡਾ ਨੰਬਰ ਹੈਗਾ ਕਿ ਟੋਲ ਫਰੀ ਨੰਬਰ ਆ 8459184591 84591 84591 ਇਹ ਨੰਬਰ ਸਾਡਾ 24 ਘੰਟੇ ਚੱਲਦਾ ਜਿਸ ਟੈਮਰਜੀ ਕਾਲ ਕਰ ਸਕਦੇ ਜੀ ਸੋ ਕੁਲਦੀਪ ਸਿੰਘ ਢਿੱਲੋ ਜੋ ਕਿ ਇਹ ਹੈਵੀ ਜਿਹੜਾ ਮੋਟਰ ਵਹੀਕਲ ਜਿੰਨੇ ਵੀ ਆਗੇ ਨੇ ਡਰਾਈਵਿੰਗ ਐਂਡ ਟ੍ਰੇਨਿੰਗ ਦਾ ਜਿਹੜਾ ਸਾਰਾ ਸਾਡੇ ਦਰਸ਼ਕਾਂ ਵਾਸਤੇ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਪੰਜਾਬ ਵਿੱਚ ਚਾਰ ਸੈਂਟਰ ਜਿਹੜੇ ਇਹਨਾਂ ਦੇ ਇਸ ਵੇਲੇ ਚੱਲ ਰਹੇ ਆ ਔਰ ਇਹਦੇ ਵਿੱਚ ਬਹੁਤ ਵੇਰੀਏਸ਼ਨ ਦੇ ਨਾਲ ਜਿਹੜੀ ਟ੍ਰੇਨਿੰਗ ਥਿਊਰੀ ਔਰ ਜਿਹੜੀ ਟ੍ਰੇਨਿੰਗ ਦੋਨੀਆਂ ਦਿੱਤੀਆਂ ਜਾਂਦੀਆਂ ਜਾਂਦੀਆਂ ਉਸ ਨਾਲ ਜਿਹੜੇ ਸਾਡੇ ਦਰਸ਼ਕ ਲਾਭ ਲੈ ਕੇ ਵਿਦੇਸ਼ਾਂ ਵਿੱਚ ਆਪਣਾ ਕੈਰੀਅਰ ਬਣਾ ਸਕਦੇ ਔਰ ਇੰਡੀਆ ਵਿੱਚ ਵੀ ਆਪਣਾ ਜਿਹੜਾ ਕਾਰੋਬਾਰ ਜਿਹੜਾ ਕਾਰੋਬਾਰ ਸ਼ੁਰੂ ਕਰ ਸਕਦੇ ਆ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ